ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁੰਦਵਾ ਦਸ ਗੁਰਿੰਦ ਕੋ ਮੇਰੀ ਹੈ ਪਰਨਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਜ ਕੋ ਸੰਪਤੇ ਕਿਆ ਲਾਗੇ ਮੇਰਾ ਈਗੇ ਉਪਾਨ ਕਿਰਪਾਨ ਨਰਨ ਲਖਿਓ ਗੁਰ ਹਤੀ ਕਿਰਪਾਨ ਇਸੀ ਰੀਤ ਪੁਨ ਤੇਰੇ ਪਰ ਅਹੰਕਾਰ ਹੇ ਰਤ ਸਗਰੇ ਭੈ ਅਸ਼ੰਕ ਪਰਮ ਸਤਕਾਰ ਯੋਗ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਆਉ ਆਪਣੀ ਮਨ ਮਿਰਤੀ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਸਭ ਇੱਕ ਵਾਰ ਗੱਜ ਕੇ ਕਹੋ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸਤ ਗੁਰਾਂ ਦਾ ਪਵਿੱਤਰ ਬਚਨ ਹੈ ਜਿਸ ਕੈ ਮਸਤਕ ਹਾਥ ਗੁਰ ਧਰੈ ਸੋ ਦਾਸ ਅੰਦੇਸਾ ਕਾ ਹੈ ਕਰੈ ਜੇਦੇ ਤੇ ਗੁਰੂ ਦੀ ਕਿਰਪਾ ਹੋ ਜਾਏ ਜੇਦੇ ਸਿਰ ਤੇ ਗੁਰੂ ਮਿਹਰ ਭਰਿਆ ਹੱਥ ਰੱਖਦਾ ਹੈ ਉਸ ਦਾਸ ਨੂੰ ਕੋਈ ਸ਼ੰਕਾ ਕੋਈ ਅੰਦੇਸ਼ਾ ਕੋਈ ਫਿਕਰ ਕੋਈ ਚਿੰਤਾ ਕਿਸੇ ਪ੍ਰਕਾਰ ਦੀ ਨਹੀਂ ਰਹਿ ਜਾਂਦੀ ਜਿਹਦੇ ਤੇ ਗੁਰੂ ਗੁਰਮਖੋ ਮਿਹਰਬਾਨ ਹੋਵੇ ਜਿਸ ਕੈ ਮਸਤਕ ਹਾਥ ਗੁਰ ਧਰੈ ਸੋ ਦਾਸ ਅੰਦੇਸ਼ਾ ਕਾਹੇ ਕਰੈ ਜਨਮ ਮਰਨ ਕੀ ਚੋਕੀ ਕਾਨ ਪੂਰਾ ਗੁਰ ਉਪਰ ਕੁਰਬਾਨ ਜਿਹਨੇ ਗੁਰੂ ਨੂੰ ਆਪਣਾ ਆਪ ਗੁਰਮਖੋ ਸਮਰਪਿਤ ਕਰ ਦਿੱਤਾ ਸਮਝ ਲਓ ਉਹਦਾ ਜੰਮਣਾ ਮਰਣਾ ਮੁੱਕ ਗਿਆ ਉਹਦਾ ਆਉਣਾ ਜਾਣਾ ਕੱਟਿਆ ਗਿਆ ਜਿਹੜਾ ਆਪਣੇ ਗੁਰੂ ਤੋਂ ਇਦਾਂ ਕੁਰਬਾਨ ਹੋ ਗਿਆ ਗੁਰ ਪਰਮੇ ਸਰਪੇਟ ਨਿਹਾਲ ਸੋ ਦਰਸਨ ਪਾਏ ਜਿਸ ਹੋਏ ਦਇਆਲ ਪਾਰ ਪਰਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਪਵਜਲ ਤਰੈ ਜਿਨੀ ਵੀ ਗੁਰਬਾਣੀ ਹੈ ਗੁਰੂ ਤੇ ਸਿੱਖ ਦਾ ਗੁਰਮਖੋ ਪਿਆਰ ਦਰਸਾਇਆ ਗਿਆ ਇੱਕ ਗੁਰੂ ਤੇ ਸਿੱਖ ਦਾ ਰਿਸ਼ਤਾ ਨੇਹੋ ਗੁਰੂ ਤੇ ਸਿੱਖ ਦਾ ਗੁਰਮਖੋ ਜਿਹੜਾ ਲਗਾਓ ਹੈ ਨਾ ਮਹਾਰਾਜ ਨੇ ਉਸ ਪ੍ਰੇਮ ਨੂੰ ਪ੍ਰਗਟ ਕੀਤਾ ਇੱਕ ਗੁਰੂ ਤੇ ਸਿੱਖ ਦਾ ਪਿਆਰ ਕਿੱਦਾਂ ਦਾ ਹੁੰਦਾ ਜੇ ਸਿੱਖ ਆਪਣਾ ਸਭ ਕੁਝ ਗੁਰੂ ਨੂੰ ਅਰਪਿਤ ਕਰ ਦਿੰਦਾ ਤੇ ਲੁਕਾ ਕੇ ਸਤਗੁਰੂ ਵੀ ਕੁਝ ਨਹੀਂ ਰੱਖਦਾ ਗਰੀਬ ਨਵਾਜ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਲਹੂ ਦੀ ਭਰੀ ਹੋਈ ਤੇਗ ਇੱਕ ਸਿੱਖ ਦਾ ਸਿਰ ਕੱਟ ਕੇ ਦੂਜੀ ਵਾਰ ਲਹਿਰਾਈ ਤੇ ਪਾਈ ਸੰਤੋਖ ਸਿੰਘ ਕਹਿੰਦੇ ਨੇ ਸ੍ਰੋਨਤ ਭੀਕੇਉ ਪਾਨ ਕਿਰਪਨ ਨਰਨ ਲਖਿਉ ਗੁਰ ਹਤੀ ਕਿਰਪਨ ਤਿਸ ਰੀਤ ਪੁਨ ਥਰੇ ਪ੍ਰੇਂਕਾ ਹੈ ਰਤ ਸਗਰੇ ਪੈ ਸ਼ਸ਼ੰਕਾਰ ਧੁਨ ਉਚੀ ਪਨ ਗੁਰੂ ਉਚਾਰਾ ਔਰ ਦੇ ਸਿਰ ਕੋ ਸਿਖ ਪਿਆਰਾ ਕਾਰਜ ਪਰਿਉਾਨ ਕਰ ਮੇਰਾ ਸਿਰ ਦੀਨੇ ਬਿਨ ਹੋਏ ਨਹੇਰਾ ਕੋਈ ਹੋਵੇ ਪਿਆਰਾ ਕੋਈ ਹੋਵੇ ਪ੍ਰੇਮੀ ਸਿੱਖ ਮੇਰਾ ਮੈਨੂੰ ਇਦਾਂ ਦਾ ਅੱਜ ਕਾਰਜ ਪੈ ਗਿਆ ਜਿਹੜਾ ਬਿਨਾ ਸੀਸ ਤੋਂ ਪੂਰਾ ਨਹੀਂ ਹੋਣਾ ਅੱਜ ਮੈਨੂੰ ਕੰਮ ਪੈ ਗਿਆ ਕੋਈ ਉੱਠੇ ਪਿਆਰਾ ਸਿੱਖ ਲਾਡਲਾ ਤੇ ਮੈਨੂੰ ਸਿਰ ਪੇਟ ਆਪਣਾ ਕਰੇ ਸੁਣ ਪਿਖ ਸਰਬ ਰਹੇ ਬਿਸਮਾਈ ਬੈਠੇ ਤੂਸ਼ਨ ਗਰੀਬਨ ਵਾਈ ਐਦਾਂ ਹੁਣ ਅੱਗੇ ਬੈਠੇ ਸਨ ਲੋਕ ਭਜ ਵੀ ਨਹੀਂ ਸਕਦੇ ਤੇ ਨੀਵੀਆਂ ਪਾ ਕੇ ਚੁੱਪ ਕਰਕੇ ਸਾਰੇ ਜਾਣੇ ਬੈਠੇ ਹੋਏ ਨੇ ਪੂਰਬ ਤੋ ਸੰਬਰੰ ਕਛਿ ਆਹੇ ਅਬ ਤੋ ਨਿਚੈ ਪਤਨੋ ਲਾਹੇ ਉਹ ਕਹਿੰਦੇ ਪਹਿਲੀ ਵਾਰ ਤੇ ਇਦਾਂ ਲੱਗਿਆ ਸੀ ਵੀ ਉਦਾਂ ਹੀ ਕਰਦੇ ਨੇ ਗੱਲ ਹੀ ਕੱਲੀ ਕਰਦੇ ਨੇ ਸ਼ਾਇਦ ਕੱਲਾ ਉਦਾਂ ਹੀ ਡਰਾਉਂਦੇ ਨੇ ਕੋਈ ਹੋਰ ਗੱਲ ਹੋਵੇਗੀ ਪਰ ਜਦੋਂ ਇੱਕ ਸੀਸ ਮਹਾਰਾਜ ਨੇ ਵੱਡ ਦਿੱਤਾ ਇੱਕ ਸਿਰ ਲੈ ਲਿਆ ਤੇ ਦੂਜੀ ਵਾਰ ਮਹਾਰਾਜ ਨੇ ਬਚਨ ਕੀਤੇ ਤੇ ਸਾਰਿਆਂ ਦੇ ਮਨ ਵਿੱਚ ਹੁਣ ਇਹ ਗੱਲ ਵੱਜ ਗਈ ਕਿ ਕੱਲੀਆਂ ਹੁਣ ਗੱਲਾਂ ਨਹੀਂ ਗਈਆਂ ਇਹ ਮਹਾਰਾਜ ਸੱਚੇ ਬਾਦਸ਼ਾਹ ਨੇ ਸੱਚੀ ਮੁੱਚੀ ਸਿਰ ਲੈਣਾ ਤੇ ਜਿਹੜਾ ਕੋਈ ਉੱਠੇਗਾ ਤੇ ਸਾਹਮਣੇ ਸਤਿਗੁਰਾਂ ਨੇ ਵੱਡ ਦੇਣਾ ਲਾ ਦੇਣਾ ਇਹਦੇ ਵਿੱਚ ਹੁਣ ਪਰਮ ਕੋਈ ਨਹੀਂ ਰਹਿ ਗਿਆ ਲਖਿਓ ਸਭਨ ਇੱਕ ਹਤਿਓ ਅਗਾਰੀ ਅਬ ਚਾਹਤ ਦੂਸਰ ਕਉ ਮਾਰੀ ਇੱਕ ਨੂੰ ਮਾਰ ਦਿੱਤਾ ਤੇ ਦੂਜੇ ਨੂੰ ਮਾਰਨਾ ਚਾਹੁੰਦੇ ਐ ਕਿਤ ਕਬੀਰ ਪੁਨ ਕਹਿ ਜਗ ਦੀ ਸਾ ਕਿਉ ਪਿਆਰੋ ਸਿੱਖ ਦੇਵੇ ਸੀਸਾ ਦੂਜੀ ਵਾਰ ਮਹਾਰਾਜ ਨੇ ਬਚਨ ਫੇਰ ਕੀਤਾ ਕੋਈ ਹੋਏ ਪਿਆਰਾ ਕੋਈ ਸਿਰ ਦੇਣ ਵਾਲਾ ਕੋਈ ਹੋਵੇ ਕੁਰਬਾਨੀ ਕਰਨ ਵਾਲਾ ਗਰੀਬ ਨਵਾਜ ਨੇ ਪੇਰ ਆਵਾਜ਼ ਮਾਰੀ ਕਿ ਆਏ ਕੋਈ ਉੱਠ ਕੇ ਸਿੱਖ ਦੂਜੀ ਵਾਰ ਵੀ ਚੁੱਪ ਕੀਤੇ ਨੇ ਸਾਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਰ ਸਾਹਿਬ ਲਿਖਦੇ ਨੇ ਕਿ ਪੇਰ ਗਰਜ ਹੋਈ ਬੱਬਰ ਸ਼ੇਰ ਵਾਂਗੂ ਕੋਈ ਹੋਰ ਹੈ ਮੌਤ ਨੂੰ ਵਰਣ ਵਾਲਾ ਹੋਈ ਹੋਈ ਪਰਤਖ ਹੈ ਤੇਗ ਦੇਵੀ ਕੋਈ ਹੈ ਇਹਦੀ ਪੂਜਾ ਕਰਨ ਵਾਲਾ ਗਲ ਪ੍ਰੇਮ ਅੰਦਰ ਤਲੀ ਸੀਸ ਧਰ ਕੇ ਕੋਈ ਉੱਠਦਾ ਹੈ ਦਮ ਭਰਨ ਵਾਲਾ ਤੇ ਤੀਰ ਇਤਨੇ ਸਿੱਖਾਂ ਤੇ ਸੇਵਕਾਂ ਚੋਂ ਕੌਣ ਗੁਰੂ ਦੇ ਨਾਮ ਤੇ ਮਰਨ ਵਾਲਾ ਬੜਾ ਵੱਡਾ ਪਰਚਾ ਸੀ ਬੜੀ ਵੱਡੀ ਭੇਟਾ ਸੀ ਇਹਦੇ ਤੋਂ ਵੱਡੀ ਮੈਂ ਕਹਿੰਨਾ ਵੀ ਦੁਨੀਆ ਤੇ ਕੋਈ ਭੇਟਾ ਨਹੀਂ ਹੋ ਸਕਦੀ ਕੁਰਬਾਨੀ ਨਹੀਂ ਹੋ ਸਕਦੀ ਜਦੋਂ ਇਦਾਂ ਮਹਾਰਾਜ ਨੇ ਅਖਿਆ ਤੀਤਿਆਂ ਸਾਲਾਂ ਦੀ ਉਮਰ ਸੀ ਜਵਾਨ ਗੱਭਰੂ ਸੀ ਅੱਖਾਂ ਪ੍ਰੇਮ ਰਸ ਦੇ ਨਾਲ ਭਰੀਆਂ ਹੋਈਆਂ ਸਨ ਨੇਕੀਆਂ ਦਾ ਪੁੰਜ ਹਿਰਦਾ ਸ਼ੁਭ ਗੁਣਾ ਨਾਲ ਲਬਰੇਜ ਆਪਣੇ ਗੁਰੂ ਦੇ ਚਰਨਾਂ ਤੋਂ ਆਪਾ ਵਾਰਨ ਵਾਲਾ ਜਿਹਦੇ ਚਿਹਰੇ ਤੋਂ ਨੂਰ ਟਪਕਦਾ ਸੀ ਜਾਤ ਜੱਟ ਹੈ ਸਭ ਕੁਝ ਮਾਨ ਛੱਡ ਕੇ ਗੁਮਾਨ ਚੂਰ-ਚੂਰ ਕਰਕੇ ਉੱਠ ਕੇ ਚੱਲ ਕੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਗੁਰਮਖੋ ਪਹੁੰਚਿਆ ਤੇ 33 ਸਾਲ ਦੀ ਉਮਰ ਪਰ ਭੂਰ ਜੋਬਨ ਤੇ ਪ੍ਰੇਮ ਅੱਖੀਆਂ ਵਿੱਚ ਭਰਪੂਰ ਦਿਸੇ ਪੁੰਜ ਨੇਕੀਆਂ ਦਾ ਪ੍ਰੀਤਵਾਨ ਭौरा ਅਰੂਪ ਉਸ ਦਾ ਰੱਬ ਦਾ ਨੂਰ ਦਿਸੇ ਜਾਤ ਜੱਟ ਤੇ ਪ੍ਰੇਮ ਦੀ ਸੱਟ ਖਾ ਕੇ ਮਾਨਵਟ ਪਿਛਲਾ ਹੋਇਆ ਚੂਰ ਦਿਸੇ ਤੀਰੀ ਉੱਠ ਕੇ ਪਹੁੰਚਿਆ ਚਲ ਪੈਰੀ ਤੇ ਜਿਹੜੀ ਪ੍ਰੇਮ ਦਲੀ ਦਿਲੋਂ ਦੂਰ ਦਿਸੇ ਹੱਥ ਜੋੜ ਕੇ ਅਰਜ਼ ਕੀਤੀ ਮੇਰੇ ਸ਼ੈਨ ਸ਼ਾਹ ਮੈਨੂੰ ਮਾਫ ਕਰ ਦੇ ਗਰੀਬ ਨਵਾਜ ਮੇਰੀਆਂ ਗਲਤੀਆਂ ਮੇਰੀਆਂ ਭੁੱਲਾਂ ਨਾ ਚਿਤਾਰੀ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਮੈਨੂੰ ਤੇਰੇ ਹੱਥਾਂ ਵਿੱਚ ਇਹ ਫੜੀ ਹੋਈ ਤੇਗ ਤੇ ਇਸ ਤੇਗ ਦੀ ਧਾਰਾ ਦਾ ਆਨੰਦ ਮਿਲ ਜਾਏ ਮੈਂ ਤੇਰੇ ਚਰਨਾਂ 'ਚ ਪ੍ਰਵਾਨ ਹੋ ਜਾਂ ਦਾਤਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜਿਸ ਦਿਨ ਸੀਸ ਨਵਾਇਆ ਦਾਤਾ ਇਹ ਭੇਟਾ ਹੋ ਗਿਆ ਸੀਸ ਮੈਂ ਤੈਨੂੰ ਦਿੱਤਾ ਹੋਇਆ ਕੀ ਦਿਆਂ ਏ ਤੇਰਾ ਹੈ जग ਦੀਸ਼ ਤੇ ਗੋਦੀ ਮੌਤ ਦੀ ਵਿੱਚ ਸਵਾਲ ਛੇਤੀ ਦਿਲ ਜੀਵਨੇ ਤੋਂ ਗਿਆ ਏ ਅਕ ਮੇਰਾ ਸੱਟ ਸੈ ਸੈ ਮੰਨੂ ਦੇ ਚੇਲਿਆਂ ਦੀ ਤੇ ਟੁੱਟ ਗਿਆ ਏ ਆਸ ਦਾ ਲੱਕ ਮੇਰਾ ਤੇ ਕੱਡ ਕੱਡ ਲੀ ਕਾਂ ਰਗੜ ਰਗੜ ਮੱਥੇ ਕੱਸ ਗਿਆ ਏ ਵੇਖ ਲਾ ਨਕ ਮੇਰਾ ਮੇਰੀਆਂ ਪਿਛਲੀਆਂ ਭੁੱਲਾਂ ਮੇਰੀਆਂ ਗਲਤੀਆਂ ਮਹਾਰਾਜ ਚਿਤਾਰੀ ਨਾ ਲੱਗੀ ਢਿੱਲ ਮੈਥੋਂ ਮੈਨੂੰ ਖਿਮਾ ਕਰਨਾ ਜਾਵਾਂ ਤੇਗ ਤੋਂ ਮੈਂ ਕੁਰਬਾਨ ਦਾਤਾ ਗੰਗਾ ਨਾਲ ਹੀ ਤਾ ਜੇ ਕਰ ਤੇਗ ਤੇਰੀ ਮੇਰੀ ਰਤ ਵਿੱਚ ਕਰੇ ਇਸ਼ਨਾਨ ਦਾਤਾ ਜੀ ਦਾਨ ਮਿਲਿਆ ਤੇਰੇ ਦਰੋਂ ਜਾਣਾ ਚੁੰਮਾ ਜੇ ਕਦੇ ਅੱਜ ਕਿਰਪਾਨ ਦਾਤਾ ਧਰਮਦਾਸ ਜੀਵੇ ਦੀਰ ਤੇਗ ਯੁੱਤੇ ਬਾਰੇ ਜਾਣ ਦਾ ਮਿਲੇ ਜੇ ਮਾਨ ਦਾ ਤਾਂ ਮੈਂ ਸਮਝਾਂਗਾ ਮੈਂ ਧਰਮ ਕਮਾ ਲਿਆ ਮੈਂ ਸਮਝਾਂਗਾ ਮੇਰਾ ਨਾਮ ਸਾਰਥਕ ਹੋ ਗਿਆ ਗਰੀਬ ਨਿਵਾਜ ਕਿਰਪਾ ਕਰ ਤੇ ਗੁਰਮਖੋ ਆਈ ਦੀ ਸੰਗਤ ਵਿੱਚੋਂ ਉੱਠ ਕੇ ਆਉਣਾ ਹੀ ਇਹ ਬੜੀ ਵੱਡੀ ਗੱਲ ਸੀ ਦਸਵੇਂ ਪਾਸ਼ਾ ਮਹਾਰਾਜ ਜਿਸ ਕਾਰਜ ਵਾਸਤੇ ਅੱਜ ਉੱਠੇ ਹੋਏ ਸਨ ਸਾਹਮਣੇ ਤੇਗ ਚੱਲੀ ਏ ਸੀਸ ਤੜ ਤੋਂ ਅਲੱਗ ਹੋ ਗਿਆ ਤੜ ਇੱਕ ਬੰਨੇ ਡਿੱਗਾ ਹੈ ਸੀਸ ਇੱਕ ਬੰਨੇ ਪਿਆ ਹੈ ਤੇ ਤੀਜੀ ਵਾਰ ਮਹਾਰਾਜ ਨੇ ਫੇਰ ਉਹੀ ਬਚਨ ਕੀਤੇ ਨੇ ਜਦ ਹੂੰ ਤੀਜੇ ਬਚਨ ਉਚਾਰਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਫੇਰ ਗੁਰਮਖੋ ਬਚਨ ਕੀਤੇ ਦੋ ਸਿੱਖ ਸਿੱਖਾਂ ਦੇ ਸਿਰ ਮਹਾਰਾਜ ਨੇ ਲੈ ਕੇ ਤੇ ਤੀਜੀ ਵਾਰ ਬਚਨ ਫੇਰੋ ਕੀਤੇ ਸ਼ਬਦ ਸੁਣਿਓ ਅਰ ਸਰੋਨਨ ਹੀਰਾ ਸਭਨ ਲਖਿਓ ਸਿੱਖ ਕੋ ਕਟ ਗੇਰਾ ਗਰੀਬ ਨਵਾਜ ਨੇ ਕਿਹਾ ਕਿ ਅਜੇ ਵੀ ਮੇਰੀ ਤੇਗ ਧਾਈ ਹੋਈ ਏ ਅਜੇ ਵੀ ਮੇਰੀ ਤੇਗ ਨੂੰ ਸਿਰ ਦੀ ਜ਼ਰੂਰਤ ਹੈ ਤੇ ਜਦੋਂ ਤੀਜੀ ਵਾਰ ਗੁਰਮਖੋ ਸਤਗੁਰਾਂ ਨੇ ਇਦਾਂ ਸਿਰ ਮੰਗੇ ਆ ਨਾ ਜਿਹੜੇ ਲਾਗੇ ਲਾਗੇ ਸਿੱਖ ਪ੍ਰਬੰਧਕ ਬੈਠੇ ਸੀ ਉਹ ਉੱਠ ਕੇ ਦੌੜ ਗਏ ਤੇ ਉਹ ਭੱਜ ਕੇ ਭਾਈ ਜੀ ਕਹਿੰਦੇ ਸ੍ਰੀ ਗੁਜਰੀ ਟਿਗ ਜਾਏ ਸੁਣਾਏ ਕੇਤਕ ਹੋਤੇ ਦੂਰ ਸੁਨਤਾਏ ਤੇ ਗੁਰ ਕੀ ਬੁੱਧ ਬੇਪਰਜੈ ਹੋਈ ਖੜਗ ਸਿੰਘ ਕਾਟੇ ਸਿੱਖ ਦੋਈ ਮਾਤਾ ਜੀ ਗੁਰੂ ਦੀ ਬੁੱਧੀ ਪੁੱਠੀ ਹੋ ਗਈ ਹੈ ਦੋਵਾਂ ਸਿੰਘਾਂ ਨੂੰ ਖੜਗ ਦੇ ਨਾਲ ਕੱਟ ਸੁਟਿਆ ਹੈ ਝਟਕਾ ਦਿੱਤਾ ਹੈ ਤੇ ਤੀਜੀ ਵਾਰ ਇੱਕ ਹੋਰ ਸਿੱਖ ਨੂੰ ਮਾਰਨ ਦੀ ਤਿਆਰੀ ਕਰਦੇ ਪਏ ਨੇ ਮਾਤਾ ਜੀ ਬਹੁਤ ਕੰਮ ਗਲਤ ਹੋ ਗਿਆ ਬੋਨੇ ਅਰਪਣ ਕੋ ਬਾਕ ਸੁਣਾਵਤ ਕੋ ਸਿਰ ਦੇ ਸਿੱਖ ਮੋਮਨ ਭਾਵਤ ਦੋ ਲੈ ਕੇ ਤੀਜੇ ਦੀ ਮੰਗ ਕਰਦੇ ਨੇ ਕਿ ਕੋਈ ਸਿੱਖ ਦਵੇ ਸੀਸ ਮੇਰੇ ਮਨ ਨੂੰ ਇਹ ਚੰਗਾ ਲੱਗਦਾ ਉਹ ਮੇਰੇ ਮਨ ਨੂੰ ਪਾਵੇਗਾ ਖੁਸ਼ੀਆਂ ਦਾ ਪਾਤਰ ਹੋਵੇਗਾ ਸਹੇਉਨਾ ਗयो ਆਗਮਨ ਕਾਲੀ क्रूर ਕਰਮ ਕਰਤੇ ਅਸ ਚਾਲੀ ਮਾਤਾ ਜੀ ਐਵੇਂ ਲੱਗਦਾ ਜਿਵੇਂ ਦੇਵੀ ਨੇ ਦਰਸ਼ਨ ਦਿੱਤੇ ਨੇ ਉਹਨਾਂ ਦਾ ਦਰਸ਼ਨ ਇਹਨਾਂ ਕੋਲੋਂ ਝੱਲਿਆ ਨਹੀਂ ਗਿਆ ਤੇ ਤਾਂ ਕਰਕੇ ਇਦਾਂ ਦੇ ਇਹ ਕੰਮ ਕਰਨ ਲੱਗ ਪਏ ਆ ਇਦਾਂ ਦੀ ਚਾਲ ਚੱਲਣ ਲੱਗ ਪਏ ਨੇ ਪੁੱਠੀ ਆਪਰੇ ਉਪਾਏ ਨਹੀਂ ਬਣ ਆਵੇ ਰੋਕ ਬਿਠਾਵੋ ਕਿ ਤੋ ਨਾ ਜਾਵੇ ਹੁਣ ਹੋਰ ਕੋਈ ਹੱਲ ਨਹੀਂ ਜੇ ਹੈਗਾ ਗੁਰੂ ਦੀ ਮਤ ਨਹੀਂ ਹੁਣ ਟਿਕਾਣੇ ਹੈਗੀ ਤੇ ਤੁਹਾਡੇ ਪੁੱਤਰ ਨੇ ਇੱਕੋ ਹੀ ਇੱਕ ਗੱਲ ਹੈ ਵੀ ਇਹਨਾਂ ਨੂੰ ਘਰ ਵਿੱਚ ਬੰਦ ਕਰਦਾ ਹਾਂ ਅੰਦਰ ਕਿਤੇ ਆਉਣ ਜਾਣ ਨਾ ਦੋ ਕਿਤੇ ਬਾਹਰ ਅੰਦਰ ਨਾ ਜਾਣ ਕਿਸੇ ਨੂੰ ਮਿਲਣ ਨਾ ਥੇ ਦੇ ਪੌਰ ਪਰ ਸੁਬ ਟਕਨੇ ਰੇ ਸਿੱਖ ਕੋ ਜਾਏ ਨਹੀਂ ਅਬ ਨੇਰੇ ਕੋਈ ਸਿੱਖ ਉਹਨਾਂ ਦੇ ਨੇੜੇ ਨਹੀਂ ਜਾਂਦਾ ਪਿਆ ਤੇ ਜਾਂ ਫਿਰ ਇਦਾਂ ਕਰਦਾ ਉਹ ਪਹਿਰੇ ਲਵਾਦਾ ਉਹ ਅੰਦਰ ਬੰਦ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਕੋਈ ਬੰਦਾ ਉਹਨਾਂ ਕੋਲ ਆਵੇ ਨਾ ਬਾਹਰ ਕਿਤੇ ਨਾ ਜਾਣ ਤੇ ਗੁਰਗੱਦੀ ਤੇ ਆਪਣੇ ਪੁੱਤਰਿਆਂ ਨੂੰ ਬਿਠਾਦਾ ਸਾਰੀ ਸੰਗਤ ਵਿੱਚ ਦੱਸ ਦੇਵੋ ਕਿ ਮੈਂ ਪੋਤਰੀਆਂ ਨੂੰ ਗੱਦੀ ਦੇ ਦਿੱਤੀ ਐ ਇਦਾਂ ਮਸੰਦਾਂ ਦੇ ਕੋਲੋਂ ਮਾਤਾ ਗੁਜਰੀ ਜੀ ਨੇ ਸੁਣ ਕੇ ਮਨ ਵਿੱਚ ਚਿੰਤਾ ਕੀਤੀ ਵੀ ਇਹ ਸਿਆਣੇ ਬੰਦੇ ਗੱਲਾਂ ਕਰਦੇ ਪਏ ਨੇ ਕੋਈ ਨਾ ਕੋਈ ਗੱਲ ਜ਼ਰੂਰ ਹੋਏਗੀ ਜਿਹੜੇ ਨਾਲ ਦਾਸ ਸੇਵਕ ਸੀਨਾ ਮਾਤਾ ਗੁਜਰੀ ਜੀ ਦੇ ਉਹਨਾਂ ਨੇ ਭੇਜੇ ਕਿ ਜਾਓ ਛੇਤੀ ਜਾਓ ਤੁਸੀਂ ਵੇਖੋ ਹਾਂ ਜਾ ਕੇ ਮੈਨੂੰ ਆਣ ਕੇ ਖਬਰ ਦਿਓ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਨਰ ਨਾਰੀ ਬਿਸਮਾਏ ਸਨ ਹੈਰਾਨ ਸਨ ਉਸ ਵੇਲੇ ਸਾਰੇ ਜਦੋਂ ਸੱਚੇ ਪਾਤਸ਼ਾਹ ਨੇ ਤੀਜੀ ਵਾਰ ਗੁਰਮੁਖੋ ਇਦਾਂ ਆਖਿਆ ਕੋ ਸਿੱਖ ਸਿਰ ਦੇ ਗੁਰ ਅਬਲਾਖੇ ਇਮ ਸੁਨ ਕੈ ਬਚ ਕਲਗੀ ਧਰ ਕੇ ਤੂਰਨ ਉੱਟਿਓ ਜੋਰ ਕਰ ਕਰ ਕੇ ਸੱਚੇ ਪਾਤਸ਼ਾਹ ਜਾਂ ਤੀਜੀ ਵਾਰ ਗੁਰਮੁਖੋ ਬਚਨ ਸੁਣ ਕੇ ਮੋਹਕਮ ਸਿੰਘ ਨਾਮ ਬਖਿਆਤੀ ਨਾਮ ਦੇਵਕੀ ਜਿਸ ਮਨ ਜਾਤ ਜਾਤੀ ਵਾਸੀ ਹੁਤੋ ਦੁਵਾਰਕਾ ਨਗਰੀ ਗ੍ਰਹਿਣ ਕਰੀ ਸਿੱਖੀ ਬਿਦਸਗਰੀ ਤੀਜੀ ਵਾਰ ਮਹਾਰਾਜ ਦਾ ਬਚਨ ਸੁਣ ਕੇ ਜਦੋਂ ਸਤਗੁਰਾਂ ਨੇ ਆਖਿਆ ਹੋਵੇ ਕੋਈ ਆਪਣਾ ਆਪਾ ਵਾਰਨ ਵਾਲਾ ਕਹਿੰਦੇ 36 ਵਰਿਆਂ ਦਾ ਸ਼ੀਂਬਾ ਉਹਦੀ ਜਾਤ ਸੀ ਮੋਹਕਮ ਦਾ ਸ਼ਬਦ ਹੁੰਦਾ ਦ੍ਰਿੜਤਾ ਜਿਹੜਾ ਮੋਹਕਮ ਸ਼ਬਦ ਹੈ ਉਹਦਾ ਮਤਲਬ ਹੁੰਦਾ ਮਜ਼ਬੂਤ ਦ੍ਰਿੜ ਉਠਿਆ 36 ਵਰਿਆਂ ਦੀ ਉਮਰ ਸੀ ਅੱਖੀਆਂ ਸ਼ਮਸ਼ਮ ਵਸਦੀਆਂ ਪਈਆਂ ਨੇ ਕਲਗੀ ਤਰ ਪਾਤਸ਼ਾਹ ਨੇ ਉਹਦੇ ਵੱਲ ਨਿਹਾਰਿਆ ਕਿਸੇ ਰਮਜ ਦੇ ਅੰਦਰ ਸਤਗੁਰ ਉਹਦੇ ਅਲ ਵੇਖ ਕੇ ਮੁਸਕਰਾਏ ਹਨ ਤੇ ਮੋਹਕਮ ਚੰਦ ਹੈ ਗੁਰੂ ਜੀ ਨਾਮ ਮੇਰਾ ਤੇ ਮੇਰਾ ਗਲਾ ਵੀ ਤੇਗ ਲਈ ਤਸਦਾ ਏ ਤੇ ਤੀਰ ਵੇਖ ਲਓ ਪ੍ਰੇਮ ਦੇ ਰੰਗ ਅੰਦਰ ਤੇ ਸਿੱਖ ਲੈਣ ਲੱਗਾ ਟਿੱਕਾ ਜਸਦਾਏ ਸਤਿਗੁਰਾਂ ਦੇ ਅੱਗੇ ਖਲੋ ਕੇ ਅਰਜ ਕੀਤੀ ਚਰਣਾ ਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਮੋਹੇ ਮਰਨ ਕਾ ਚਾਉ ਹੈ मरो तो हर कै द्वार मत हर पूछे कौन है परा हमारे बार गरीब नवाज मेरा मुझ में किस नहीं जो किस है सो तेरा तेरा तुझको सौंपते क्या लग गया मेरा ਅੱਗੇ ਹੋ ਕੇ ਸਤਗੁਰਾਂ ਦੀ ਲਹੂ ਭਿੱਜੀ ਤੇਗ ਨੂੰ ਵੇਖ ਕੇ ਕਹਿੰਦਾ ਸੱਚੇ ਪਾਤਸ਼ਾਹ ਤੇਰੀ ਓਟ ਮੈਨੂੰ ਸਾਰੇ ਜਗ ਅੰਦਰ ਸਾ ਸੁੱਖਾਂ ਦੀ ਲੈਣ ਦੀ ਥਾਂ ਜਾਪੇ ਤੇਰੇ ਹੱਥ ਵਿੱਚ ਤੇਗ ਤੇ ਕਲਪ ਬ੍ਰਿਕਸ਼ ਲੱਗਦਾ ਆਸਾ ਪੂਰਨੀ ਇਸ ਦੀ ਛਾਂ ਜਾਪੇ ਤੇਰਾ ਦਿਲ ਜਾਪੇ ਮੈਨੂੰ ਦਰਦ ਭਰਿਆ ਤੇ ਤੇਰੀ ਅੱਖ ਦੇ ਵਿੱਚ ਨਿਆ ਜਾਪੇ ਪਿਤਾ ਧਰਮੀਆਂ ਤੇਜ ਕਿਰਪਾਨ ਤੇਰੀ ਤੇ ਮੈਨੂੰ ਆਪਣੀ लाਡਲੀ ਮਾਂ ਜਾਪੇ ਇਹਦੀ ਧਰਮ ਪੀਵਣਾ ਚਾਹੁੰਦਾ ਏਦੇ ਪੀਤਿਆਂ ਮਿਲੂ ਕਲਿਆਣ ਮੈਨੂੰ ਜਗ ਜੂ ਕੇ ਮੈਂ ਹੈ ਖੱਟਣਾ ਕੀ ਲੈ ਲੈ ਸੀਸ ਮਾਲਕਾ ਲੈਲਾ ਮੇਰਾ ਸੀਸ ਇਹ ਤੇਰੇ ਚਰਣਾ ਚ ਭੇਟਾ ਹੈ ਇਸ ਨੂੰ ਪਰਵਾਨ ਕਰ ਲੈ ਸਾਹਮਣੇ ਸੀਸ ਹੀ ਉਤਾਰ ਦਿੱਤਾ ਲੋਕੀ ਸੋਚਦੇ ਸੀ ਚਲੋ ਹੁਣ ਸਤਗੁਰ ਬਸ ਕਰ ਦੇਣਗੇ ਪਰ ਗਰੀਬ ਨਵਾਜ਼ ਬੜੇ ਹੀ ਜੋਸ਼ ਦੇ ਵਿੱਚ ਸਨ ਗੁਰੂ ਦੀ ਰਮਜ ਨੂੰ ਗੁਰੂ ਦੇ ਕਾਰਨਾ ਨੂੰ ਗੁਰਮਖੋ ਅਨਜਾਨ ਲੋਕ ਜਾਂ ਜਮਾਨਾ ਜਾਣ ਨਹੀਂ ਸਕਦਾ ਚੌਥੀ ਵਾਰ ਸਤਗੁਰਾਂ ਬਚਨ ਕੀਤੇ ਸਿੱਖੋ ਕੋਈ ਚੌਥਾ ਹੋਵੇ ਸਿਰਲਤ ਸੂਰਮਾ ਕੋਈ ਪਿਆਰਾ ਕੋਈ ਤਨਮਨ ਆਪਣਾ ਵਾਰਨ ਵਾਲਾ ਕਹਿੰਦੇ ਹਿੰਮਤ ਸਿੰਘ ਪੱਕੀ ਉਮਰ ਦਾ ਹਿੰਮਤੀ ਆਣ ਪੁਜਾ ਹੱਥ ਜੋੜ ਅੱਖੇ ਹਾਂ ਸੁਲਤਾਨ ਹਾਜ਼ਰ ਹਿੰਮਤ ਰਾਏ ਹਾਂ ਦਿਲੋਂ ਬੇ ਹਿੰਮਤਾ ਮੈਂ ਦਿਓ ਬਲ ਦਾਤਾ ਮੇਰੀ ਜਾਨ ਹਾਜ਼ਰ ਦਇਆ ਕਰੋ ਕਬੂਲ ਲਓ ਭੇਟ ਮੇਰੀ ਗੋਲਾ ਆਪ ਦਾ ਮੈਂ ਹੋਇਆ ਆਨ ਹਾਜ਼ਰ ਤੀਰ ਆਪ ਦੀ ਵੇਖ ਕਿਰਪਾਨ ਨੰਗੀ ਮੇਰੇ ਹੱਸ ਕੇ ਹੈਨ ਪ੍ਰਾਨ ਹਾਜ਼ਰ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਬਾਹ ਖਿੱਚ ਕੇ ਆਪਣੇ ਲਾਗੇ ਕੀਤਾ ਤੇ ਜਿੱਥੇ ਤਿੰਨੇ ਸਿੱਖ ਗਏ ਸਨ ਉੱਥੇ ਗਰੀਬ ਨਵਾਜ ਨੇ ਚੌਥੇ ਨੂੰ ਵੀ ਪੁਚਾ ਦਿੱਤਾ ਹੈ ਪੰਜਵੀਂ ਵਾਰ ਪੰਜ ਪੂਰੇ ਕਰਨ ਵਾਸਤੇ ਸਤਿਗੁਰਾਂ ਨੇ ਉਸੇ ਤਰ੍ਹਾਂ ਹੀ ਗੁਰਮਖੋ ਆਖਿਆ ਆ ਕੇ ਪੰਜਵੀਂ ਵਾਰ ਵੀ ਕਹਿਣ ਲੱਗੇ ਹੋਵੇ ਹੋਰ ਕੋਈ ਮਾਈ ਲਾਲ ਸਦਕੇ ਵੇਖੋ ਸੀਸੀਏ ਅਜੇ ਵੀ ਮੰਗਦੀ ਏ ਤੋੜੇ ਜੱਗ ਦੇ ਮੋਹ ਦੇ ਜਾਲ ਸਦਕੇ ਜਿਹੜਾ ਸਿੱਖ ਸਦਕੇ ਉਸੀ ਤੇਗ ਉੱਤੋਂ ਉਸ ਤੋਂ ਮੈਂ ਕਰਸਾਂ ਪੁੱਤਰ ਮਾਲ ਸਦਕੇ ਮੇਰਾ ਤੀਰ ਸਦਕੇ ਮੇਰੀ ਤੇਗ ਸਦਕੇ ਉਸ ਦੇ ਲਈ ਮੇਰਾ ਵਾਲ ਵਾਲ ਸਦਕੇ ਇਹ ਮਹਾਰਾਜ ਦੇ ਬਚਨ ਸਨ ਪਰਖ ਦੀਆਂ ਗੁਰਮਖੋ ਘੜੀਆਂ ਸਨ ਸਾਰੀ ਜ਼ਿੰਦਗੀ ਸਤਗੁਰ ਰਹੀ ਦੇਖਦਾ ਹੈ ਤੇ ਜਿੰਨਾ ਗੁਰਮਖੋ ਸਿੱਖ ਸਮਰਪਤ ਹੁੰਦਾ ਨਾ ਜਿੰਨਾ ਸਿੱਖ ਸਤਿਗੁਰੂ ਨੂੰ ਆਪਣਾ ਆਪਾ ਸੌਂਪ ਦਿੰਦਾ ਹੈ ਵੀ ਮਹਾਰਾਜ ਮੈਂ ਤੇਰੇ ਹਵਾਲੇ ਮੇਰੀਆਂ ਤੇਰੇ ਤੇ ਡੋਰਾ ਮੇਰੇ ਤੂੰ ਪੜਦੇ ਕੱਜਣ ਵਾਲਾ ਤੂੰ ਰੱਖਣ ਵਾਲਾ ਉਹਨਾਂ ਉਹਨਾਂ ਹੀ ਗੁਰਮਖੋ ਗੁਰੂ ਦੇ ਨੇੜੇ ਹੁੰਦਾ ਜਾਂਦਾ ਜਿੰਨਾ ਚਿਰ ਬੰਦਾ ਆਪਣੇ ਤਾਨ ਤੇ ਰਹਿੰਦਾ ਆਪਣੀ ਤਾਕਤ ਤੇ ਰਹਿੰਦਾ ਆਪਣੀ ਜੋਰ ਤੇ ਰਹਿੰਦਾ ਉਹਨਾਂ ਚ ਗੁਰਮਖੋ ਗੁਰੂ ਦੀ ਰਹਿਮਤ ਤੋਂ ਮਹਿਰੂਮ ਰਹਿੰਦਾ ਦੂਰ ਰਹਿੰਦਾ ਸਿੱਖੀ ਇਸੇ ਚੀਜ਼ ਦਾ ਇਨਾਮ ਆ ਸਮਰਪਿਤ ਭਾਵਨਾ ਦਾ ਆਪਣਾ ਸਭ ਕੁਝ ਗੁਰੂ ਨੂੰ ਭੇਟ ਕਰ ਦੇਣਾ ਤੇ ਇਹ ਜਿਹੜਾ ਇਤਿਹਾਸ ਤੁਸੀਂ ਸਰਵਣ ਕਰਦੇ ਪਹਿ ਜੇ ਕੱਲਾ ਵਿਸਾਖੀ ਦਾ ਜਾਂ ਪੰਨਿਆਂ ਪਿਆਰਿਆਂ ਦਾ ਜਾਂ ਅੰਮ੍ਰਿਤ ਛਕਾਉਣ ਦਾ ਨਹੀਂ ਹੈ ਇਹ ਬੜਾ ਵੱਡਾ ਇੱਕ ਸਬਕ ਹੈ ਸਿੱਖ ਇਤਿਹਾਸ ਵਿੱਚ ਕਿ ਸਿੱਖੀ ਦੀ ਦਾਤ ਕਿਵੇਂ ਮਿਲਦੀ ਹੈ ਜਿਹੜਾ ਉਹ ਅਲਾਹੀ ਅੰਮ੍ਰਿਤ ਹੈ ਉਹ ਗੁਰੂ ਦੇ ਚਰਨਾਂ ਚੋਂ ਕਿੱਦਾਂ ਪ੍ਰਾਪਤ ਹੁੰਦਾ ਹੈ ਤੇ ਉਹਦਾ ਇੱਕੋ ਹੀ ਇੱਕ ਜਵਾਬ ਹੈ ਕਿ ਜਿਹੜਾ ਗੁਰੂ ਨੂੰ ਆਪਣਾ ਆਪਾ ਸੌਂਪ ਦੇਵੇ ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਏ ਜਿਹੜਾ ਗੁਰੂ ਦੇ ਚਰਣਾ ਚ ਸਿਰ ਭੇਟ ਕਰ ਦੇਵੇ ਸਤਿਗੁਰੂ ਉਸ ਨੂੰ ਉਹ ਆਪਣੀ ਦਾਤ ਬਖਸ਼ਦਾ ਸਤਿਗੁਰੂ ਉਸ ਨੂੰ ਆਪਣੀ ਦਾਤ ਦੇ ਨਾਲ ਨਵਾਜਦਾ ਇਹ ਗੁਰਮਖੋ ਸਬਕ ਹੈ ਕਿਉਂਕਿ ਇਤਿਹਾਸ ਵਿੱਚ ਜਿੰਨੀਆਂ ਕਟਨਾਵਾਂ ਹੁੰਦੀਆਂ ਉਹਨਾਂ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ ਕੋਈ ਨਾ ਕੋਈ ਮਾਇਨਾ ਹੁੰਦਾ ਹੈ ਉਹਨਾਂ ਦੇ ਵਿੱਚੋਂ ਸਿੱਖਿਆ ਮਿਲਦੀ ਹੈ ਸਿੱਖਿਆ ਭਰਪੂਰ ਨੇ ਸਤਗੁਰ ਦਾ ਕੋਈ ਵੀ ਕੌਤਕ ਹੈ ਰਹਿੰਦੀ ਦੁਨੀਆ ਤੱਕ ਉਹ ਗੁਰਮਖੋ ਨਸੀਅਤ ਦੇਂਦਾ ਹੈ ਸਿੱਖਿਆ ਦੇਂਦਾ ਹੈ ਜੀਵਨ ਜਾਚ ਸਿਖਾਉਂਦਾ ਹੈ ਜੀਵਨ ਦਾ ਢੰਗ ਤਰੀਕਾ ਦੱਸ ਦੱਸਦਾ ਹੈ ਕਿ ਇੱਕ ਜੀਵਨ ਕਿੱਦਾਂ ਜੀਆ ਜਾਂਦਾ ਹੈ ਇਸ ਇਤਿਹਾਸ ਚੋਂ ਪਤਾ ਲੱਗਦਾ ਵੀ ਸਿੱਖ ਦਾ ਜੀਵਨ ਕਿੱਦਾਂ ਦਾ ਚਾਹੀਦਾ ਹੈ ਸਿੱਖ ਦੀ ਭਾਵਨਾ ਕਿੱਦਾਂ ਦੀ ਚਾਹੀਦੀ ਹੈ ਇੱਕ ਸਿੱਖ ਨੂੰ ਕਿੱਦਾਂ ਦਾ ਹੋਣਾ ਚਾਹੀਦਾ ਆਪਣੇ ਗੁਰੂ ਪ੍ਰਤੀ ਕਿੰਨਾ ਕੁ ਸਮਰਪਿਤ ਹੋਵੇ ਤੇ ਉਹ ਸਿੱਖ ਸਿੱਖ ਬਣ ਸਕਦਾ ਮਹਾਰਾਜ ਨੇ ਪੰਜਵੀਂ ਵਾਰ ਵੀ ਗੁਰਮਖੋ ਜਦੋਂ ਆਖਿਆ ਕਿ ਮੇਰੀ ਤੇਗਦੀ ਨਹੀਂ ਪਿਆਸ 부ਜੀ ਤੇ ਕੋਈ ਸੂਰਮਾ ਲਾਉ ਪਿਆਏ ਨੂੰ ਗਲੇ ਲੱਗਣਾ ਚਾਵੰਦੀ ਏ ਸੋਣੀ ਆਸ਼ਿਕ ਕੋਈ ਆਕੇ ਗਲੇ ਲਾਏ ਇਹਨੂੰ ਜਿੰਨੂੰ ਮੌਤ ਦਾ ਭੈ ਨਾ ਮੂਲ ਹੋਵੇ ਉਹ ਆਨ ਗੱਲ ਵਕੜੀ ਪਾਏ ਇਹਨੂੰ ਤੀਰ ਸਿਰਾਂ ਦੀ ਭੇਟ ਏ ਮੰਗਦੀ ਏ ਦੇ ਕੋਈ ਸੀਸ ਦੀ ਭੇਟ ਚੜਾਏ ਨੂੰ 37 ਸਾਲਾਂ ਦੀ ਉਮਰ ਸੀ ਨਾਈ ਜਾਤ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਅੱਗੇ ਖਲੋ ਕੇ ਕਹਿੰਦਾ ਸ਼ੈਨ ਸ਼ਾਹ ਹੋ ਮੈਥੋਂ ਟਿੱਲ ਲੱਗੀ ਮੋ ਬੰਦਨਾ ਬੰਦ ਅਟਕਾਇਆ ਜੇ ਤੋੜਨ ਲਈ ਪਰਵਾਰ ਦੀ ਮੋਫਾਹੀ ਸਾਰਾ ਜੋਰ ਮੈਂ ਆਪਣਾ ਲਾਇਆ ਜੇ ਡਰ ਗਿਆ ਮੈਂ ਤੀਰ ਜੀ ਪਰਖ ਵੇਲੇ ਡਾਡਾ ਇਸ ਕਰਕੇ ਪਛਤਾਇਆ ਜੇ ਕਹਿੰਦਾ ਪਹਿਲੇ ਹੰਬਲੇ ਮਹਾਰਾਜ ਮੈਂ ਤੁਹੋਂ ਟਿੱਲ ਹੋ ਗਈ ਬੜਾ ਮੈਂ ਜੋਰ ਲਾਇਆ ਉੱਠਣ ਦਾ ਬੜਾ ਮੈਂ ਯਤਨ ਕੀਤਾ ਕਿ ਹੁਣੇ ਉੱਠਾਂ ਹੁਣੇ ਉੱਠਾਂ ਐਸ ਵਾਰ ਹੀ ਉੱਠ ਜਾ ਚਾਰ ਵਾਰੀਆਂ ਲੰਘ ਗਈਆਂ ਜਦੋਂ ਪਹਿਲੀ ਵਾਰ ਤੁਸੀਂ ਆਵਾਜ਼ ਮਾਰੀ ਮੇਰੇ ਪਰਿਵਾਰ ਦੇ ਇਸਤਰੀ ਦੇ ਮੂੰਹ ਨੇ ਮੈਨੂੰ ਜਕੜ ਲਿਆ ਫੜ ਲਿਆ ਦੂਜੀ ਵਾਰ ਆਪ ਨੇ ਮੰਗ ਕੀਤੀ ਮੈਨੂੰ ਪਰਿਵਾਰ ਯਾਦ ਆ ਗਿਆ ਪਰਿਵਾਰ ਦੀਆਂ ਵਹਈਆਂ ਨੇ ਭਾਇਆ ਤੀਜੀ ਵਾਰ ਧੀਆਂ ਪੁੱਤ ਪਿਆਰੇ ਚੇਤੇ ਆਏ ਸੱਚੇ ਬਾਦਸ਼ਾ ਮੈਥੋਂ ਗਲਤੀ ਹੋ ਗਈ ਇਹ ਮੋਹ ਬੜਾ ਵੱਡਾ ਰਾਜਾ ਇਹਦੀਆਂ ਭਾਈਆਂ ਮੈਂ ਗਰੀਬ ਕਿੱਥੇ ਤੋੜ ਸਕਦਾ ਸਾਂ ਪਹਿਲੇ ਹੰਬਲੇ ਉੱਠਣਾ ਚਾਹਿਆ ਤਾਂ ਜੂੜ ਲੈ ਆਸੀ ਸੁੰਦਰੀ ਨਾਲ ਮੈਨੂੰ ਦੂਜੀ ਵਾਰ ਜਾ ਆਪਨੇ ਮੰਗ ਕੀਤੀ ਚੇਤੇ ਆ ਗਿਆ ਬਾਗ ਪਰਵਾਰ ਮੈਨੂੰ ਤੀਜੀ ਵਾਰ ਬੱਦਾ ਤੀਆਂ ਪੁੱਤਰਾਂ ਨੇ ਤੇ ਚੁੰਮਣ ਦਿੱਤੀ ਨਾ ਤੇਗ ਦੀ ਧਾਰ ਮੈਨੂੰ ਤੇ ਸਾਹਿਬ ਚੰਦ ਦੀ ਭੇਟ ਪਰਵਾਨ ਕਰ ਲਓ ਤੇ ਦਾਤਾ ਸਦਿਆਂ ਜੀ ਆਖਿਰ ਵਾਰ ਮੈਨੂੰ ਗਰੀਬ ਨਵਾਜ਼ ਤੇਰੀ ਧਰੋਂ ਅਮਾਨ ਜੋ ਜੋ ਕਸ਼ਮੇਰੇ ਪਾਸ ਹੈ ਮਿਲਦਾ ਸੁਖ ਮਹਾਨ ਮਾਲ ਅਮਾਨਤ ਦਿੱਤਿਆਂ ਤੇਰਾ ਹੀ ਤੇ ਸਾਰਾ ਕੁਝ ਹੈਗਾ ਇਹ ਤੇਰੀ ਹੀ ਅਮਾਨਤ ਹੈ ਮੈਂ ਤੇਰੇ ਚਰਨਾ ਚ ਭੇਟ ਕਰਦਾ ਤੂੰ ਹੀ ਜਗ ਤੇ ਓਟ ਨ ਮੰਨਿਆ ਦੀ ਆਸ ਹੈ ਦਿਲਾਂ ਨ ਰਸਿਆਂ ਦੀ ਤੇਰੇ ਦਰ ਤੇ ਆਨ ਕੇ ਡਿੱਗਿਆ ਹਾਂ ਮੈਂ ਤੇ ਇੱਕ ਛੱਡ ਕੇ ਹੋਰ ਨਾ ਪਾਸਿਆਂ ਦੀ ਇੱਥੋਂ ਲੱਭਦਾ ਮਾਣ ਨਹੀਂ ਮਾਣਿਆ ਨੂੰ ਟੈ ਕੇ ਆਤਮਾ ਇੱਥੇ ਉਦਾਸ ਆਂਦੀ ਤੇਰੇ ਅਮਰਤੀ ਸੋਮਿਓ ਹਰ ਵੇਲੇ ਮਟ ਜਾਏ ਪਿਆਸ ਪਿਆਸਿਆਂ ਦੀ ਤੇਰੇ ਦਰਸ਼ਨ ਨਾਲ ਹੀ ਇਸ ਵੇਲੇ ਜਾਪੇ ਜਾਨ ਵਿੱਚ ਆਵੰਦੀ ਜਾਨ ਮੈਨੂੰ ਤੀਰ ਤੇਗ ਕਲਗੀ ਬਾਜਾਂ ਵਾਲ ਆਵੇ ਲੈ ਲੈ ਸੀਸ ਦੇ ਦੇ ਅੰਮ੍ਰਿਤ ਦਾਨ ਮੈਨੂੰ ਗਰੀਬ ਨਵਾਜ ਪਾਤਸ਼ਾਹ ਦਾ ਗੁਰਮਖੋ ਇਹ ਅਜੀਬ ਕੌਤਕ ਸੀ ਇਹ ਸਤਗੁਰਾਂ ਦਾ ਅਲੌਕਿਕ ਕੌਤਕ ਇਤਿਹਾਸ ਗੁਰਮਖੋ ਇਸ ਗੱਲ ਦਾ ਗਵਾਹ ਹੈ ਕਿ ਸਤਗੁਰਾਂ ਨੇ ਅੰਮ੍ਰਿਤ ਦਾ ਛੱਟਾ ਲਗਾ ਕੇ ਜਿੰਨੇ ਵੀ ਸੀ ਸੰਨ ਬਿਖਰੇ ਹੋਏ ਵੱਖੋ ਵੱਖਰੇ ਢੜਾਂ ਤੇ ਵੱਖੋ ਵੱਖਰੇ ਸੀਸ ਲਗਾ ਕੇ ਜੋੜ ਦਿੱਤੇ ਆਈ ਪੰਜਾਂ ਪੁਸ਼ਾਕ ਦਸ਼ਮੇਸ਼ ਵਰਗੀ ਪਾਈ ਪੰਜਾਂ ਪੁਸ਼ਾਕ ਦਸ਼ਮੇਸ਼ ਵਰਗੀ ਲੋਕੀ ਪੰਜਾਂ ਦੀ ਨਵੀਂ ਹੀ ਸ਼ਾਨ ਵੇਖਣ ਪੰਜਾਂ ਵਿੱਚ ਦਸ਼ਮੇਸ਼ ਦਾ ਰੂਪ ਵੇਖਣ ਪੰਜਾਂ ਵਿੱਚ ਦਸ਼ਮੇਸ਼ ਦੀ ਜਾਨ ਵੇਖਣ ਤੀਰ ਅਸੀਵੀ ਕਿਉਂ ਨਾ ਹੋਏ ਅੱਗੇ ਦਿਲੋਂ ਸੋਚ ਕੇ ਪਰੇ ਅਰਮਾਨ ਵੇਖਣ ਜਦੋਂ ਸਤਗੁਰਾਂ ਨੇ ਇਹ ਗੁਰਮਖੋ ਕੌਤਕ ਕੀਤਾ ਤੇ ਸਾਰਿਆਂ ਦੇ ਮਨਾਂ ਅੰਦਰ ਹੋਣੇ ਸੀ ਵੀ ਸਾਡੀ ਵੀ ਕਿਉਂ ਮਤ ਮਾਰੀ ਗਈ ਜੇ ਸਤਗੁਰਾਂ ਨੇ ਇਦਾਂ ਹੀ ਕਰਨਾ ਸੀ ਤੇ ਅਸੀਂ ਆਪ ਹੀ ਉੱਠ ਕੇ ਅੱਗੇ ਹੋ ਜਾਂਦੇ ਅਸੀਂ ਕਿਉਂ ਬੈਠੇ ਰਹਿ ਗਏ ਪਰ ਗੁਰਮਖੋ ਪਰਖ ਸੀ ਉਹ ਪਰਖ ਵਿੱਚ ਪੰਜੇ ਪ੍ਰਵਾਨ ਹੋਏ ਕਹਿੰਦੇ ਸਭ ਨਾ ਸੁਣਾਵਣ ਉੱਚੇ ਕਰ ਬਖਾਨ ਰੱਖਿਓ ਸਿੱਖੀ ਬੀਜ ਮਹਾਨ ਸਤਗੁਰਾਂ ਆਖਿਆ ਇਹਨਾਂ ਨੇ ਸਿੱਖੀ ਦਾ ਬੀਜ ਰੱਖ ਲਿਆ ਜਿੱਦਾਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਰੱਖਿਆ ਸੀ ਸਭ ਸੰਗਤ ਕੇ ਤਰਵੇ ਸਮਰਾਥ ਇਹ ਪੰਚ ਜਨੋ ਮੋਹੇ ਸਮਾਨ ਤਿਨ ਭੇਦ ਰਯੋ ਨਰੰਚ ਇਹ ਮੇਰੇ ਹੀ ਸਮਾਨ ਹੋ ਗਏ ਇਨਾਂ ਵਿੱਚ ਤੇ ਮੇਰੇ ਚ ਹੁਣ ਭੇਦ ਕੋਈ ਨਹੀਂ ਰਹਿ ਗਿਆ ਸੁਨ ਪਖ ਸੰਗਤ ਸਭ ਬਿਸਮਾਨੀ ਗੋਲ ਕੀ ਗਤ ਕਿਛ ਜਾਏ ਨਾ ਜਾਨੀ ਪਰਖਨ ਕਰਤ ਲਖੇ ਨਹ ਕਾਹੂ ਕਰਮ ਬਲੋਕ ਤਰਾਸ ਮਨ ਮਾਹੂ ਲੋਕ ਬੈਠੇ ਸੰਗਤ ਵੇਖੀ ਬੈਠੀ ਸੋਚਦੀ ਐ ਕਿ ਗੁਰੂ ਦੀ ਗਤੀ ਸਮਝੀ ਨਹੀਂ ਜਾਂਦੀ ਜਾਣੀ ਨਹੀਂ ਜਾਂਦੀ ਸਤਗੁਰ ਦਾ ਕੋਈ ਗੁਰਮਖੋ ਪਾਰ ਆਵਾਰ ਨਹੀਂ ਪਾ ਸਕਦਾ ਪਾਟ ਸਹਿਬਾਨ ਲਿਖਦੇ ਨੇ ਜਿਵੇਂ ਬਸੰਤ ਵਿੱਚ ਖਿੜੇ ਹੋਏ ਫੁੱਲਾਂ ਨੂੰ ਨਹੀਂ ਗਿਣਿਆ ਜਾਂਦਾ ਰਵ ਸਸ ਕਿਰਨ ਰਬ ਮੈਨੇ ਸੂਰਜ ਸਸ ਮੈਨੇ ਚੰਦਰਮਾ ਸੂਰਜ ਚੰਦਰਮਾ ਦੀਆਂ ਜਿਵੇਂ ਕਿਰਨਾਂ ਨੂੰ ਨਹੀਂ ਗਿਣਿਆ ਜਾਂਦਾ ਸਾਗਰ ਦੇ ਸਮੁੰਦਰ ਦੇ ਉਦਰ ਨੂੰ ਪੇਟ ਨੂੰ ਨਹੀਂ ਮਿਣਿਆ ਤੋਲਿਆ ਜਾਂਦਾ ਗੰਗਾ ਦੀਆਂ ਤਰੰਗਾਂ ਨੂੰ ਜਿਵੇਂ ਕੋਈ ਗਿਣ ਨਹੀਂ ਸਕਦਾ ਇਸੇ ਤਰ੍ਹਾਂ ਮਾਲਕਾ ਤੇਰੇ ਪਰਯਪਕਾਰਾਂ ਨੂੰ ਤੇਰੇ ਗੁਣਾਂ ਨੂੰ ਤੇਰੀ ਰਹਿਮਤ ਬਖਸ਼ਿਸ਼ਾਂ ਦੇ ਢੰਡਾਰਿਆਂ ਨੂੰ ਕੋਈ ਗਿਣ ਮਹਿਣ ਤੋਲ ਨਹੀਂ ਸਕਦਾ ਤੈਨੂੰ ਬੇਅੰਤ ਹੀ ਕਹਿਣਾ ਬਣਦਾ ਤੂੰ ਬੇਅੰਤ ਹੈ ਤੇਰੇ ਗੁਣਾਂ ਦਾ ਪਾਰਾ ਵਾਰ ਨਹੀਂ ਪੰਖੀ ਹੋਇ ਕਾ ਜੇ ਭਵਾਂ ਸੈ ਸਮਾਨੀ ਜਾਓ ਨਦਰੀ ਕਿਸੈ ਨਾ ਆਵਉ ਨਾ ਕਿਛ ਪੀਆ ਨਾ ਖਾਓ ਤੇਰੀ ਕੀਮਤ ਨਾ ਪਵੈ ਹਉ ਕੇ ਵਡਿਆਖਾ ਨਾਵ ਤੇਰੀ ਮਾਲਕਾ ਕੀਮਤ ਨਹੀਂ ਪੈ ਸਕਦੀ ਕੋਈ ਜਿੰਨੀ ਮਰਜੀ ਤੇਰੀ ਉਸਤਤ ਕਰ ਲੈ ਦਿਨ ਰਾਤ ਤੇਰੇ ਗੁਣ ਗਾਲੈ ਚੰਦ ਸੂਰਜ ਦੋਇ ਗੁਫਾ ਨ ਦੇਖੈ ਸੁਪਨੇ ਸੌਣ ਨਾ ਥਾਓ ਮੈਂ ਗੁਫਾ ਚ ਵੜ ਜਾ ਨਾ ਰਾਤ ਨੂੰ ਨਿਕਲਾ ਨਾ ਦਿਨੇ ਨਿਕਲਾ ਨਾ ਸੁਪਨੇ ਚ ਵੀ ਨਾ ਸੌਵਾ ਐਨੀ ਤੇਰੀ ਬੰਦਗੀ ਕਰ ਪਰ ਵੀ ਤੇਰੀ ਕੀਮਤ ਨਾ ਪਵੈ ਹਉ ਕੇ ਵੱਡੇ ਆਖਾ ਨਾ ਤੇਰੀ ਕੀਮਤ ਮੇਰੇ ਮਾਲਕਾ ਫਿਰ ਵੀ ਨਹੀਂ ਪਾਈ ਜਾ ਸਕਦੀ ਲੋਕ ਕਹਿੰਦੇ ਨੇ ਇਹ ਸਤਗੁਰ ਦੇ ਗੁਣਾਂ ਦਾ ਅੰਤ ਕੋਈ ਨਹੀਂ ਸਤਗੁਰ ਤੇ ਬੇਅੰਤ ਹਨ ਇਹ ਸਤਗੁਰਾਂ ਨੇ ਕਿਵੇਂ ਕੌਤਕ ਰਚਾਇਆ ਸਾਰੀ ਸੰਗਤ ਹੈਰਾਨ ਹੈ ਧੰਨ ਧੰਨ ਗੁਰ ਅਚਰਜ ਚਰਿਤਾ ਕੋ ਲਖ ਸਖ ਅਦਕ ਮਤ ਧਰਤਾ ਛੋਟੀ ਮਤ ਵਾਲੇ ਕੀ ਗੁਰੂ ਦੇ ਐਸੇ ਚਰਿੱਤਰ ਜਾਨਣ ਲਗਬਿਸਾਲ ਸਭ ਸਿੱਖ ਤੁਮਾਰੇ ਦੇਓ ਕਸੌਟੀ ਕੋ ਸੰਬਾਰੇ ਇਤਿਆਦ ਕ ਕਹਿ ਕ ਪਛਤਾਵੈ ਤਿੰਨ ਪੰਜੋਂ ਕੋ ਸੀਸ ਨਿਵਾਵੈ ਸਭ ਕੀ ਰਾਖ ਲੀਨ ਪਤਮਾ ਧਰ ਤੀਰਜ ਕੋ ਉਚੋ ਪਦ ਲਾਹ ਪੰਜ ਪਿਆਰੇ ਕੋਲੋਤੇ ਹੋਏ ਨੇ ਸਾਹਮਣੇ ਸੁੰਦਰ ਪੁਸ਼ਾਕੇ ਪਾਕੇ ਸਤਗੁਰਾਂ ਦੇ ਨਾਲ ਸਾਰੀ ਸਿੱਖ ਨਮਸਕਾਰ ਕਰਦੀ ਐ ਸਿੱਖ ਸੰਗਤ ਆਖਦੇ ਨੇ ਕਿ ਬੜੀ ਧੀਰਜ ਦੇ ਨਾਲ ਮਨ ਵਿੱਚ ਤੈਰਿਆ ਰੱਖ ਕੇ ਇਹਨਾਂ ਸਾਰਿਆਂ ਦੀ ਪੱਤ ਰੱਖ ਲਈ ਸਿੱਖੀ ਦੀ ਜੜ ਜਿਹੜੀ ਸੀ ਅੱਜ ਰੱਖ ਲਈ ਕੁਸ਼ਕ ਕਾਲ ਦਰਸ਼ਨ ਮਹਾਂ ਦੇਤ ਰਹੇ ਸਮੁਦਾਇ ਉੱਤੇ ਬੋਰ ਗਮਨੇ ਸਦਨ ਸਿੱਖ ਗਏ ਨੇ ਜਿੱਨੇ ਜਿਥਾਈ ਕਹਿੰਦੇ ਅੱਜ ਦਾ ਦੀਵਾਨ ਭਾਈ ਸੰਤੋਖ ਸਿੰਘ ਕਹਿੰਦੇ ਨੇ ਕਿ ਸਤਗੁਰਾਂ ਨੇ ਸਭ ਨੂੰ ਦਰਸ਼ਨ ਦੇ ਕੇ ਕੁਝ ਸਮਾਂ ਉੱਥੇ ਬੈਠੇ ਰਹਿ ਤੇ ਫੇਰ ਗਰੀਬ ਨਵਾਜ਼ ਆਪਣੇ ਡੇਰੇ ਨੂੰ ਚਲੇ ਗਏ ਉਥੋਂ ਚਲੇ ਗਏ ਇਮ ਪਰਖਤ ਸਖਨ ਬਲੇ ਸੋ ਦਿਨ ਗਇਓ ਬਿਤਾਏ ਸਿਰ ਗੁਜਰੀ ਤੇ ਗਦਾਸ ਗੈ ਗੁਰ ਜਸ ਕਿਉ ਸੁਨਾਏ ਇੱਕ ਦਿਨ ਦੀ ਇਹ ਕਥਾ ਇਹ ਕਹਾਣੀ ਜਿਸ ਦਿਨ ਦੀਵਾਨ ਲੱਗਾ ਤੇ ਸਤਗੁਰਾਂ ਨੇ ਸੀਸ ਹੀ ਉਤਾਰੇ ਜੋੜੇ ਅੱਜ ਦਾ ਮੇਲਾ ਜਿਹੜਾ ਸੀ ਅਰਦਾਸ ਹੋਈ ਸਮਾਪਤ ਹੋਇਆ ਸਿੱਖ ਗਏ ਮਾਤਾ ਗੁਜਰੀ ਜੀ ਦੇ ਕੋਲ ਉਹਨਾਂ ਨੇ ਜਾ ਕੇ ਦੱਸਿਆ ਕਿ ਕਿਵੇਂ ਦਸਵੇਂ ਪਾਤਸ਼ਾਹ ਨੇ ਇਹ ਕੌਤਕ ਕੀਤਾ ਕਿਸ ਤਰ੍ਹਾਂ ਅश्चर्यਤਾ ਵਰਤੀ ਏ ਕਿੱਦਾਂ ਸਿੱਖਾਂ ਦੇ ਸਿਰ ਉਤਾਰੇ ਤੇ ਜੋੜੇ ਗਏ ਤੇ ਨਹਿ ਪਰਖੇ ਗੁਰ ਕਰਮ ਭਲੇਰੇ ਜਹ ਕਹ ਨਿੰਦਾ ਕੀਨ ਕਨੇਰੇ ਜਿਹੜੇ ਗੁਰੂ ਦੀ ਨਿੰਦਿਆ ਵੀ ਕਰਦੇ ਸੀ ਨਾ ਉੱਥੇ ਵਿੱਚ ਹੀ ਬੈਠੇ ਸੀ ਕੋਈ ਮਾਤਾ ਗੁਜਰੀ ਜੀ ਦੇ ਸੇਵਕ ਉਥੇ ਮਸੰਦ ਪ੍ਰਬੰਧਕ ਬੁੱਢੇ ਬੁੱਢੇ ਬੰਦੇ ਜਿਹੜੇ ਕਹਿੰਦੇ ਸੀ ਇਹ ਨਵੀਂ ਉਮਰ ਦਾ ਮੁੰਡਾ ਹੈ ਇਹਨੂੰ ਪਤਾ ਨਹੀਂ ਕੁਝ ਲੱਗਦਾ ਇਹ ਤੇ ਕੰਮ ਹੀ ਸਾਰੇ ਗਲਤ ਕਰੀ ਜਾ ਰਿਹਾ ਸਤਗੁਰਾਂ ਨੇ ਉਹਨਾਂ ਦੇ ਵੀ ਔਗਣ ਨਹੀਂ ਚਿਤਾਰੇ ਗਰੀਬ ਨਵਾਜ ਨੇ ਉਹਨਾਂ ਨੂੰ ਵੀ ਭਾਈ ਜੀ ਕਹਿੰਦੇ ਨਿੰਦਿਆ ਕਰਨ ਵਾਲਿਆਂ ਨੂੰ ਵੀ ਬਖਸ਼ ਦਿੱਤਾ ਅਬ ਚਾਹਤ ਹੈ ਪੰਥਿ ਉਪਾਏ ਪਰਖਣ ਕਰੇ ਸਿੱਖ ਸਮੁਦਾਇ ਹੁਣ ਦਸਵੇਂ ਪਾਤਸ਼ਾਹ ਪਰਖ ਕਰਕੇ ਇੱਕ ਪੰਥ ਪੈਦਾ ਕਰਨਾ ਚਾਹੁੰਦੇ ਨੇ ਤੁਸੀਂ ਗੁਰਮਖੋ ਸੋਚੋ ਕਿੱਥੋਂ ਸਤਿਗੁਰਾਂ ਨੇ ਪ੍ਰੋਗਰਾਮ ਬਣਾਇਆ ਹਮਨ ਕਰਨ ਦਾ ਕਿੰਨੇ ਲੰਮੇ ਸਮੇਂ ਤੋਂ ਸਾਲਾਂ ਪਹਿਲਾਂ ਦਾ ਪ੍ਰੋਗਰਾਮ ਬਣਿਆ ਉਲੀਕਿਆ ਫਿਰ ਪੰਡਿਤ ਬੁਲਾਏ ਗਏ ਜਿੰਨੇ ਵੀ ਇਲਾਕਿਆਂ ਦੇ ਪੰਡਤ ਸੀ ਉਹਨਾਂ ਪੰਡਤਾਂ ਨੂੰ ਸੱਦਿਆ ਗਿਆ ਫਿਰ ਉਹਨਾਂ ਪੰਡਤਾਂ ਦੀ ਪਰਖ ਕੀਤੀ ਗਈ ਇੱਕ ਬੰਨੇ ਖੀਰ ਪੂੜੇ ਹਲਵੇ ਬਣਾਏ ਦੂਜੇ ਬੰਨੇ ਮੀਟ ਬਣਾ ਕੇ ਆਖਿਆ ਗਿਆ ਕਿ ਜਿਹੜਾ ਵੀ ਕੋਈ ਪੰਡਤ ਮੀਟ ਖਾਏਗਾ ਉਹਨੂੰ 5 ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ ਤੇ ਜਿਹੜਾ ਆ ਸਾਦਾ ਭੋਜਨ ਛਕੇਗਾ ਉਹਨੂੰ ਚਾਂਦੀ ਦੇ ਰੁਪਈਏ ਕੁਝ ਦਕਸ਼ਨਾ ਦਵਾਂਗੇ 2-4 ਬਹੁਤ ਸਾਰੇ ਪੰਡਤ ਆਪਣਾ ਧਰਮ ਭੁੱਲ ਕੇ ਮਰਯਾਦਾ ਛੱਡ ਕੇ ਤੇ ਦੂਜੀ ਪੰਗਤ ਵਿੱਚ ਬਹਿ ਗਏ ਮੀਟ ਖਾਣ ਵਾਲਿਆਂ ਵੱਲ ਸਤਗੁਰਾਂ ਨੇ ਪਰਖ ਕਰਨੀ ਸੀ ਕਿ ਅੱਜ ਵੀ ਕੋਈ ਬੰਦਾ ਹੈਗਾ ਮਰਜਾਦਾ ਵਾਲਾ ਕਿ ਕੱਲੇ ਲੋਭੀ ਲਾਲਚੀ ਬੰਦੇ ਇਕੱਠੇ ਹੋਏ ਆ ਪੈਸੇ ਤੱਕ ਜਿਨ੍ਹਾਂ ਦਾ ਮਤਲਬ ਹੈ ਦਕਸ਼ਨਾ ਤੱਕ ਜਦੋਂ ਉਹਨਾਂ ਪੰਡਤਾਂ ਨੇ ਇਦਾਂ ਕੀਤਾ ਤੇ ਦਸਵੇਂ ਪਾਤਸ਼ਾਹ ਕਹਿੰਦੇ ਵੀ ਬਣਦੀ ਤੇ ਹੈਗੀ ਤੁਹਾਨੂੰ ਸਜ਼ਾ ਦੇਣੀ ਜੀ ਤੇ ਕਰਦਾ ਤੁਹਾਨੂੰ ਕੈਦ ਕੀਤਾ ਜਾਵੇ ਤੇ ਕਠਨ ਸਜ਼ਾਵਾਂ ਦਿੱਤੀਆਂ ਜਾਣ ਪਰ ਤੁਸੀਂ ਬ੍ਰਾਹਮਣ ਜੇ ਪੰਡਤ ਜੇ ਤੇ ਜਿੱਧਰ ਜਿੱਧਰ ਨੂੰ ਆਏ ਜਿਨ੍ਹਾਂ ਜਿੱਧਰੋਂ ਉਧਰ ਨੂੰ ਦੌੜ ਜਾਓ ਤੇ ਅੱਜ ਤੋਂ ਬਾਅਦ ਕਦੀ ਆਣ ਕੇ ਮੂੰਹ ਨਾ ਵਿਖਾਇਓ ਇਹ ਕਿਦਾਂ ਦਾ ਕੰਮ ਕੀਤਾ ਆਪਣਾ ਧਰਮ ਛੱਡ ਦਿੱਤਾ ਤੇ ਜਿਹੜੇ ਕੁਝ ਕੁ ਲੋਕ ਸ਼ਾਂਤਵਿਕ ਭੋਜਨ ਖੀਰ ਪੂੜੇ ਆਹਾਰ ਸਾਦਾ ਭੋਜਨ ਖਾਣ ਬੈਠੇ ਸੀ ਉਹਨਾਂ ਨੂੰ ਸਤਗੁਰਾਂ ਨੇ 5-5 ਸੋਨੇ ਦੀਆਂ ਮੋਹਰਾਂ ਦਕਸ਼ਨਾ ਵਿੱਚ ਦਿੱਤੀਆਂ ਨਿਵਾਜਿਆ ਉਹਨਾਂ ਨੂੰ ਬੁਲਾਇਆ ਪੁੱਛਿਆ ਵੀ ਐਦਾਂ ਅਸੀਂ ਹਮਨ ਕਰਨਾ ਵੱਡਾ ਜੱਗ ਕਰਨਾ ਦੱਸੋ ਕੋਈ ਪੰਡਤ ਕੋਈ ਤੁਹਾਡੇ ਚੋਂ ਹੋਵੇ ਕੋਈ ਮਰਜ਼ਾਦਾ ਵਾਲਾ ਜਿੰਨੂੰ ਸਭ ਕੁਝ ਪਤਾ ਹੋਵੇ ਤੇ ਪੰਡਤਾਂ ਨੇ ਆਖਿਆ ਮਹਾਰਾਜ ਅੱਜ ਕੱਲ ਐਦਾਂ ਦੇ ਪੰਡਤ ਨਹੀਂ ਆਏਗੇ ਗਿਆਨਵਾਨ ਗਿਆਨੀ ਸਤਗੁਰਾਂ ਆਖਿਆ ਕੋਈ ਤੇ ਹੋਵੇਗਾ ਕਹਿੰਦੇ ਜੀ ਇੱਕ ਪੰਡਤ ਐ ਬੜਾ ਮਸ਼ਹੂਰ ਕਾਂਸੀ ਦਾ ਕੇਸੋਦਾਸ ਜੀ ਦਾ ਨਾਮ ਐ ਉਹਦੇ ਵਰਗਾ ਪੰਡਤ ਨਹੀਂ ਆਏਗਾ ਕੋਈ ਉਹ ਬੜਾ ਗਿਆਨੀ ਐ ਉਹਨੂੰ ਸਭ ਕੁਝ ਆਉਂਦਾ ਵੇਦਾਂ ਦਾ ਗਿਆਤਾ ਐ ਹਰ ਇੱਕ ਮਰਯਾਦਾ ਨੂੰ ਕਰਮਕਾਂਡ ਨੂੰ ਵਿਧੀ ਨੂੰ ਉਹ ਜਾਣਦਾ ਐ ਜੇ ਉਹ ਹਾਮੀ ਭਰ ਦੇ ਤੇ ਤੁਹਾਡਾ ਹਮਣ ਜੱਗ ਪ੍ਰਯੋਗ ਹੋ ਸਕਦਾ ਅਜੇ ਗੱਲਾਂ ਬਾਤਾਂ ਕਰਦੇ ਸਨ ਤੇ ਸਤਗੁਰੂ ਦੀ ਵੇਖੋ ਕਿਰਪਾ ਇਦਾਂ ਦੀ ਹੋਈ ਕਿ ਕੁਝ ਬੰਦਿਆਂ ਦੇ ਨਾਲ ਉਹੀ ਪੰਡਤ ਕੇਸੋਦਾਸ ਕਾਂਸੀ ਵਾਲਾ ਅਨੰਦਪੁਰ ਆ ਗਿਆ। ਉਹਨੇ ਆਖਿਆ ਮੈਂ ਗਾਂ ਮਾਤਾ ਦੇ ਦਰਸ਼ਨ ਕਰਨ ਚੱਲਿਆ ਸਾਂ। ਮੈਂ ਬੜੀ ਸਿਫਤ ਸੁਣੀ ਸੀ ਮਹਾਰਾਜ ਦੀ। ਮੈਂ ਸੋਚਿਆ ਜਾਂਦਾ ਜਾਂਦਾ ਦਰਸ਼ਨ ਕਰ ਜਾਵਾਂ। ਸਤਗੁਰਾਂ ਨੇ ਉਹਨੂੰ ਬੜਾ ਆਦਰ ਦਿੱਤਾ, ਬਿਠਾਇਆ, ਸੇਵਾ ਪਾਣੀ ਕੀਤੀ, ਦੇਵ ਦੇਰਾ ਉਹਦਾ ਲਗਾਇਆ। ਪੰਡਤ ਨੇ ਗੱਲ ਕੀਤੀ ਕਿ ਮਹਾਰਾਜ ਐਦਾਂ ਅਸੀਂ ਹਮਣ ਕਰਨਾ Devi Mata ਨੂੰ પ્રસન્ન ਕਰਨਾ ਚੰਡੀ ਪ੍ਰਗਟ ਕਰਨੀ ਹੈ ਉਹਨੇ ਆਖਿਆ ਵੀ ਇੱਕ ਤੇ ਪਹਿਲੀ ਗੱਲ ਤੇ ਅੱਜ ਕੱਲ ਹੋ ਨਹੀਂ ਸਕਦਾ Devi ਕਿਸੇ ਨੂੰ ਦਰਸ਼ਨ ਨਹੀਂ ਦੇਂਦੀ ਪੂਜੇ ਪੂਜਾ ਲੋਕ ਬੜੀ ਕਰਦੇ ਨੇ ਇਹ ਬੜਾ ਕਠਨ ਕਾਰਜ ਹੈ ਬੜੀ ਜਿਆਦੀ ਮਿਹਨਤ ਲੱਗਦੀ ਏ ਬੜਾ ਸੰਜਮ ਰੱਖਣਾ ਪੈਂਦਾ ਹੈ ਇਕਾਂਤ ਵਾਸ ਕਰਨਾ ਪੈਂਦਾ ਫਿਰ ਦੂਜੀ ਗੱਲ ਲੱਖਾਂ ਰੁਪਈਆ ਦਾ ਖਰਚਾ ਆਵੇਗਾ ਸਤਗੁਰਾਂ ਆਖਿਆ ਤੂੰ ਪੈਸੇ ਦੀ ਪਰਵਾਹ ਨਾ ਕਰ ਕਹਿੰਦਾ ਜੀ ਨਹੀਂ ਹੋਣਾ ਸਤਗੁਰ ਕਹਿੰਦੇ ਦੱਸ ਕਿੰਨੇ ਪੈਸੇ ਲੱਗਣੇ ਆ ਕਹਿੰਦਾ ਜੀ ਲੱਖਾਂ ਦੀ ਸਮਗਰੀ ਲੱਗੇਗੀ ਤੇ ਮੈਂ ਵੀ ਭੇਟਾ ਸਵਾ ਲੱਖ ਲਵਾਂਗਾ ਗਰੀਬ ਨਵਾਜ਼ ਕਹਿੰਦੇ ਦੇ ਦੇਾਂਗੇ ਸਮਗਰੀ ਲਖਾ ਜਿਹੜੀ ਚਾਹੀਦੀ ਏ ਸਵਾ ਲੱਖ ਦੀ ਸਮਗਰੀ ਓਨੀ ਹੀ ਪੰਡਤ ਦੀ ਭੇਟਾ ਕਈ ਮਹੀਨੇ ਜੱਗ ਚੱਲਿਆ ਨੈਣਾ ਦੇਵੀ ਦੇ ਉੱਤੇ ਇੱਕ ਚੌਂਕੜੇ ਤੇ ਮਹਾਰਾਜ ਬੈਠਦੇ ਸਨ ਕਈ ਕਈ 8 8 ਪੈਰ ਸਤਗੁਰ ਬੈਠੇ ਰਹਿੰਦੇ ਬੜਾ ਬੜਾ ਲੰਮਾ ਸਮਾਂ ਬੈਠਦੇ ਪਿੱਛੋਂ ਆ ਕੇ ਤੇ ਸੱਚੇ ਪਾਤਸ਼ਾਹ ਨੇ ਬਿਲਕੁਲ ਖਾਣਾ ਪੀਣਾ ਸੌਣਾ ਛੱਡ ਦਿੱਤਾ ਤੇ ਦਿਨ ਰਾਤ ਇਦਾਂ ਤਪੱਸਿਆ ਪ੍ਰਯੋਗ ਵਿੱਚ ਲੱਗ ਕੇ ਨੰਨ ਵਾਲੇ ਲੋਕ ਵੀ ਆ ਜਾਓ ਆਓ ਤੁਹਾਡੀ ਦੇਵੀ ਨਹੀਂ ਆਖਿਆ ਹੈ ਤੁਹਾਨੂੰ ਨਵਾਂ ਜੀਵਨ ਦਵਾਂਗੇ ਇੱਕ ਨਵੀਂ ਜ਼ਿੰਦਗੀ ਮਲੇ ਮਿਲੇਗੀ ਇੱਕ ਨਵੇਂ ਅਧਿਆਏ ਦਾ ਆਗਾਜ਼ ਕਰਾਂਗੇ ਤੇ ਉਹ ਕੀਤਾ ਕਿਸ ਤਰ੍ਹਾਂ ਮਹਾਰਾਜ ਨੇ ਸੱਚੀ ਮੁੱਚੀ ਗੁਰਮਖੋ ਨਵਾਂ ਜੀਵਨ ਦੇਣ ਲੱਗੇ ਆ ਜਿਹੜੇ ਭੀੜ ਸਨ ਡਰਪੋਕ ਸਨ ਉਹਨਾਂ ਦੇ ਮਨਾਂ ਚੋਂ ਡਰ ਕੱਢਣ ਵਾਸਤੇ ਉਹਨਾਂ ਨੂੰ ਬਹਾਦਰ ਬਣਾਉਣ ਲਈ ਗਿਆਨ ਦੇਣ ਲਈ ਸક્ષਮ ਕਰਨ ਲਈ ਮਨ ਕਰਕੇ ਤਨ ਕਰਕੇ ਇਹ ਸਤਗੁਰਾਂ ਕੌਤਕ ਰਚਿਆ ਤੇ ਗਰੀਬ ਨਵਾਜ ਨੇ ਆਖਿਆ ਹੁਣ ਅੰਮ੍ਰਿਤ ਛਕਾਵਾਂਗੇ ਅੰਮ੍ਰਿਤ ਬਣਾਵਾਂਗੇ ਤੇ ਜਿਹੜਾ ਉਸੇ ਅੰਮ੍ਰਿਤ ਨੂੰ ਸ਼ਕਲੇਗਾ ਨਾ ਉਹਨੂੰ ਮੌਤ ਕੋਲੋਂ ਵੀ ਡਰ ਨਹੀਂ ਆਏਗਾ ਉਹ ਨਿਰਭੈ ਹੋ ਜਾਏਗਾ ਉਹ ਅੰਮ੍ਰਿਤ ਪੀ ਕੇ ਅਮਰ ਹੋ ਜਾਏਗਾ ਇਹ ਸਤਗੁਰਾਂ ਦੇ ਬਚਨ ਸਨ ਦੀਵਾਨ ਦੀ ਸਮਾਪਤੀ ਹੋ ਗਈ ਸਿੱਖਾਂ ਨੇ ਜਾ ਕੇ ਮਾਤਾ ਗੁਜਰੀ ਜੀ ਨੂੰ ਦੱਸਿਆ ਕਿ ਆ ਆ ਵਜਨ ਕੀਤੇ ਆ 10ਵੇਂ ਪਾਤਸ਼ਾਹ ਨੇ ਆ ਅਜ ਕੌਤਕ ਕੀਤੇ ਆ ਜਿਹੜੇ ਨਿੰਦਿਆ ਕਰਨ ਵਾਲੇ ਜਿਹੜੇ ਆਖਦੇ ਸੀ ਕਿ ਇਹਨਾਂ ਨੂੰ ਇੱਕ ਕਮਰੇ 'ਚ ਬੰਦ ਕਰ ਦਓ ਪਹਿਰੇਦਾਰ ਬਿਠਾ ਦਓ ਆਪਣੇ ਪੁੱਤਰਿਆਂ ਨੂੰ ਗੱਦੀ ਦੇ ਦੋ ਉਹ ਵੀ ਉੱਥੇ ਹੀ ਸਨ ਪਰ ਸਤਗੁਰਾਂ ਨੇ ਕਿਸੇ ਦਾ ਗੁਰਮਖੋ ਔਗਣ ਨਹੀਂ ਚਿਤਾਰਿਆ ਗੁਰੂ ਇਦਾਂ ਦਾ ਹੀ ਹੁੰਦਾ ਹੈ ਗੁਰੂ ਗੁਣ ਵੇਖਦਾ ਹੈ ਔਗਣ ਨਹੀਂ ਵੇਖਦਾ ਇਹ ਚੰਗੇ ਬੰਦਿਆਂ ਦੀ ਵੀ ਇਹ ਨਿਸ਼ਾਨੀ ਹੈ ਤੁਸੀਂ ਜੋ ਕੁਝ ਵੇਖੋਗੇ ਨਾ ਲੋਕਾਂ 'ਚ ਲੱਭੋਗੇ ਇਕੱਠੇ ਕਰੋਗੇ ਜੇ ਲੋਕਾਂ ਦੇ ਔਗਣ ਵੇਖੋਗੇ ਤੇ ਤੁਹਾਡੇ ਕੋਲ ਔਗਣ ਆ ਜਾਣਗੇ ਜੇ ਕਿਸੇ ਦੇ ਗੁਣ ਲੱਭੋਗੇ ਗੁਣ ਵੇਖੋਗੇ ਗੁਣਾ ਦੀ ਗੱਲ ਕਰੋਗੇ ਤੇ ਬੰਦਾ ਗੁਣਵਾਨ ਬਣ ਜਾਏਗਾ ਤੇ ਸਤਿਗੁਰੂ ਤੇ ਹੁੰਦਾ ਹੀ ਗੁਰਮਖੋ ਗੁਣਾ ਦਾ ਭੰਡਾਰਾ ਹੈ ਸਤਿਗੁਰ ਗੁਣ ਬਖਸ਼ਦਾ ਗੁਣ ਵੇਖਦਾ ਗੁਣ ਦੀ ਕਦਰ ਕਰਦਾ ਹੈ ਤੇ ਔਗਣ ਨਹੀਂ ਚਤਾਰਦਾ ਔਗਣ ਕੋਨਾ ਚਤਾਰਦਾ ਗਲ ਸੇਤੀ ਲਾਇਕ ਇਹ ਬਿਰਦਿਆ ਸਤਗੁਰ ਦਾ ਸਤਗੁਰਾਂ ਨੇ ਉਹਨਾਂ ਸਾਰਿਆਂ ਨੂੰ ਬਖਸ਼ ਦਿੱਤਾ ਜੇ ਕੱਚੇ ਗੁਣ ਲਖ ਨਸਕਾਉ ਕੂਰੇ ਭੱਖੇ ਕੂਰ ਸੁਬਾਉ ਸੁਣ ਕਰ ਮਾਤ ਅਨੰਦ ਕੋ ਪਾਇਓ ਹਤ ਚਿੰਤਾ ਜਬ ਪ੍ਰਥਮ ਸੁਨਾਇਓ ਮਾਤਾ ਜੀ ਕਹਿੰਦੇ ਮੇਰੇ ਮਨ ਚ ਬੜੀ ਚਿੰਤਾ ਸੀ ਜਦੋਂ ਮੈਨੂੰ ਪਹਿਲਾ ਆਣ ਕੇ ਇਹਨਾਂ ਦੱਸਿਆ ਤੇ ਹੁਣ ਮੇਰਾ ਮਨ ਖਲੋ ਗਿਆ ਮੇਰੇ ਮਨ ਵਿੱਚ ਹੁਣ ਅਨੰਦ ਆ ਗਿਆ ਮੇਰੇ ਮਨ ਦੇ ਸ਼ੰਕੇ ਹੁਣ ਦੂਰ ਹੋ ਗਏ ਰਾਤ ਪੈ ਗਈ ਆਰਾਮ ਕੀਤਾ ਗਿਆ ਰਹੀ ਜਾਮ ਇੱਕ ਪੈਰ ਰਹਿੰਦੇ ਆ ਸਤਿਗੁਰ ਜੀ ਉੱਠੇ ਨੇ ਸੋਚ ਇਸ਼ਨਾਨ ਕੀਤਾ ਹੈ ਗਰੀਬ ਨਵਾਜ ਪਾਤਸ਼ਾਹੀ ਸਨੇ ਕੇਸੀ ਇਸ਼ਨਾਨ ਕਰਕੇ ਕੇਸ ਪਾਸ ਜਬ ਰਾਸ ਸੁਧਾਰੇ ਜੂਰੋ ਕਰ ਬੰਦੀ ਦਸਤਾਰੇ ਉੱਪਰ ਜਗਾਰ ਆਖ ਰਮਣੀ ਕਲਗੀ ਧਰੀ ਤੁੰਗ ਬੁੱਧ ਨੀ ਕਾ ਗਰੀਬ ਨਵਾਜ ਹਣ ਦੀਵਾਨ ਵਿੱਚ ਗੁਰਮਖੋ ਜਾਣ ਲਈ ਤਿਆਰ ਹੋਏ ਨੇ ਦੀਵਾਨ ਵਿੱਚ ਜਾਣ ਲਈ ਸੰਗਤਾਂ ਨੂੰ ਦਰਸ਼ਨ ਦੇਣ ਲਈ ਤੇ ਕਿਦਾਂ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਮ੍ਰਿਤ ਤਿਆਰ ਕਰਦੇ ਨੇ ਇੱਥੇ ਵੀ ਬੜੇ ਮਤਭੇਦ ਹੈ ਪਰ ਗੁਰਮਖੋ ਸਤਗੁਰਾਂ ਨੇ ਅੰਮ੍ਰਿਤ ਤਿਆਰ ਕੀਤਾ ਚੱਕਰਵਰਤੀ ਜੀ ਨੇ ਇੱਕ ਕਿਤਾਬ ਲਿਖੀ ਸੀ ਖੰਡੇ ਦਾ ਅੰਮ੍ਰਿਤ ਕਿਸ ਨੇ ਬਣਾਇਆ ਤੇ ਗਿਆਨੀ ਗਿਆਨ ਸਿੰਘ ਜੀ ਦੇ ਹਵਾਲੇ ਦੇ ਕੇ ਉਹਨਾਂ ਨੇ ਆਖਿਆ ਸੀ ਕਿ ਜਿਹੜੀ ਤਲਵਾਰ ਹਮਣ ਚੋਂ ਪ੍ਰਗਟ ਹੋਈ ਜਿਹੜਾ ਹਮਣ ਕੀਤਾ ਜਿਹੜੀ ਉਹਦੇ ਚੋਂ ਤਲਵਾਰ ਮਿਲੀ ਉਸੇ ਤਲਵਾਰ ਨਾਲ ਅਮਰਤ ਬਣਾਇਆ ਦਸਵੇਂ ਪਾਤਸ਼ਾਹ ਨੇ ਉਸੇ ਤਲਵਾਰ ਨਾਲ ਅਮਰਤ ਤਿਆਰ ਕੀਤਾ ਗਿਆ ਬਾਣੀਆਂ ਪੜੀਆਂ ਗਈਆਂ ਜੰਤਰ ਮੰਤਰ ਤੇ ਤੰਤਰ ਤਿੰਨਾਂ ਦਾ ਇਕੱਠਿਆਂ ਸੁਮੇਲ ਹੋਇਆ ਤੇ ਗਿਆਨੀ ਗਿਆਨ ਸਿੰਘ ਤੇ ਇਹ ਵੀ ਕਹਿੰਦੇ ਨੇ ਕਿ ਸਤਗੁਰਾਂ ਨੇ ਪਹਿਲਾਂ ਅਮਰਤ ਆਪ ਛਕਿਆ ਤੇ ਉਸੇ ਤਲਵਾਰ ਨਾਲ ਛਕਿਆ ਇਹ ਗੁਰਮਖੋ ਕੱਲ ਵਿਚਾਰ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਸਭ ਇੱਕ ਵਾਰ ਗੱਜ ਕੇ ਕਹੋ ਧੰ ਸ੍ਰੀ ਸਤਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ